ਲਈਏ, ਲੱਸੀ ਪੀ ਲਈਏ ਖਾਣਾ ਖਾਣ ਤੋਂ ਪਹਿਲਾਂ, ਤੇ ਉਹ ਹੁੰਦੀ ਆ ਬੰਦੇ ਦੀ ਸਿਹਤ ਤਬੀਅਤ ਵਾਸਤੇ ਸੋਨਾ। ਤੇ ਜਦੋਂ ਖਾਣਾ ਸਾਰਾ ਹੀ ਖਤਮ ਕਰ ਲਓ ਤੇ ਫਿਰ ਬਾਅਦ ਚ ਪਾਣੀ ਪੀਓ, ਪਾਣੀ ਲੱਸੀ ਪੀਓ, ਤੇ ਉਹ ਹੁੰਦੀ ਆ ਲੋਹਾ। ਇੰਨੀ ਅਊਜ਼ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਅਸਲਾਮੁ ਅਲੈਕੁਮ ਰਹਿਮਤੁਲਾਹਿ ਵਬਰਕਾਤੁਹੂ। ਇਮਤਿਆਜ਼ ਅਲੀ ਸੰਗੀ ਡੇਲੀ ਰੂਟੀਨ ਚ ਤੁਹਾਡੇ ਸਾਹਮਣੇ ਹਾਜ਼ਰ ਹੈ। ਅਲਹਮਦੁਲਿਲਾ, ਅੱਲਾ ਦੇ ਫਜ਼ਲ ਨਾਲ ਰਾਤ ਬੜੀ ਸੋਹਣੀ ਗੁਜ਼ਰੀ ਤੇ ਬੜਾ ਸੋਹਣਾ ਦਿਨ ਦਾ ਆਗਾਜ਼ ਹੋਇਆ। ਤੇ ਅੱਜ ਤੁਹਾਡੇ ਨਾਲ ਹਾਂ ਸ਼ੇਅਰ ਕਰਨੀ ਹੈ ਜਨਾਬ, ਸੁਬਹਾ ਦਾ ਨਾਸ਼ਤਾ ਅਸੀਂ ਕੀ ਕਰ ਰਹੇ ਹਾਂ, ਕਿਸ ਤਰ੍ਹਾਂ ਦੀ ਸਾਡੀ ਰੂਟੀਨ ਹੈ, ਕੀ ਕਰਨਾ ਤੇ ਕਿਹੜਾ ਟਾਈਮ ਹੈ। ਠੀਕ ਹੈ ਜੀ, ਸੁਬਹਾ ਸੁਬਹਾ ਅੱਜ ਮੈਂ ਨਰਸਰੀ 'ਚ ਹਲੇ ਗਿਆ ਨਹੀਂ ਤੇ ਟਾਈਮ ਤੁਹਾਡੇ ਨਾਲ ਸ਼ੋਅ ਕਰ ਦੇਣੇ ਹਾਂ, ਕਿਉਂਕਿ ਬੱਚੇ ਜਿਹੜੇ ਨੇ ਨਾ ਉਹ ਅਲਹਮਦੁਲਿਲਾ ਚਲਾ ਗਏ ਨੇ ਮਦਰਸੇ, ਮਦਰਸੇ ਵਾਲੇ ਮਦਰਸੇ ਤੇ ਸਕੂਲ ਵਾਲੀ ਬੇਟੀ ਸਕੂਲ। ਠੀਕ ਹੈ ਜੀ, ਤੇ ਇਹ ਜੀ ਜਨਾਬ ਸਾਡੀ ਰੂਟੀਨ 7:51 ਸੁਬਹ ਦੇ ਹੋ ਗਏ ਨੇ। ਠੀਕ ਹੈ ਜੀ, ਤੇ ਅਸੀਂ ਜੀ ਫੋਟੋ ਵੀ ਵੇਖ ਲਓ, ਮੇਰੀ ਲੱਗੀ ਹੈ ਨਾ ਮੋਬਾਈਲ ਦੇ ਉੱਤੇ ਫੋਟੋ, ਕੈਸੀ ਪਿਆਰੀ ਖੂਬਸੂਰਤ, ਫਟ ਗਈ ਹੈ ਲਓ, ਫਿਰ ਵੇਖ ਲਓ ਕੈਸੀ ਪਿਆਰੀ ਖੂਬਸੂਰਤ ਫੋਟੋ ਹੈ। ਠੀਕ ਹੈ ਜੀ, ਤੇ ਤੁਸੀਂ ਮੇਰੇ ਚੈਨਲ ਕਰੋ ਸਬਸਕ੍ਰਾਈਬ, ਬੈਲ ਆਈਕਨ ਦੇ ਬਟਨ ਦਬਾਓ, ਤਾਂ ਫਿਰ ਤੁਹਾਡੇ ਨਾਲ ਰੂਟੀਨ ਸ਼ੇਅਰ ਕਰੀਏ ਤੇ ਮਾਮਲਾਤ ਸ਼ੇਅਰ ਕਰੀਏ। ਤੇ ਮੈਂ ਆਪਣੇ ਘਰ ਵਿੱਚ ਬੈਠਾ, ਮਾਸ਼ਾਅੱਲਾ ਅਲਹਮਦੁਲਿਲਾ ਸੁਬਹਾ ਸੁਬਹਾ ਦਾ ਟਾਈਮ ਹੈ, ਤੇ ਸੁਬਹਾ ਸੁਬਹਾ ਦਾ ਟਾਈਮ ਹੈ ਤੇ ਘਰ ਵਾਲੀ ਡਈ ਹੈ ਰੋਟੀਆਂ ਪਕਾਉਣਾ, ਭਾਂਡੇ ਖਿਲ ਰਹੇ ਨੇ ਮਾਸ਼ਾਅੱਲਾ ਅਲਹਮਦੁਲਿਲਾ, ਭਾਂਡੇ ਖਿਲ ਰਹੇ ਨੇ। ਠੀਕ ਹੈ ਜੀ, ਤੇ ਘਰ ਵਾਲੀ ਡਈ ਹੈ ਰੋਟੀਆਂ ਪਕਾਉਣਾ, ਉਹ ਸਿਲੰਡਰ ਵੀ ਪਿਆ ਵਾ। ਤੇ ਜਨਾਬ ਨਿੱਕੇ ਸਾਹਿਬਜ਼ਾਦੇ ਨੇ ਕਿਹਾ ਕਿ ਮੈਂ ਆਂਡਾ ਹੀ ਖਾਣਾ। ਠੀਕ ਹੈ, ਉਹਨੇ ਆਂਡਾ ਖਾ ਲਿਆ, ਆਂਡਾ ਫਰਾਈ ਕਰਕੇ। ਠੀਕ ਹੈ ਜੀ, ਤੇ ਗੁੜੀਆ ਰਾਣੀ ਨੇ ਨਾ ਮੂਲੀਆਂ ਵਾਲੇ ਪਰਾਂਠੇ, ਮੂਲੀਆਂ ਵਾਲੇ ਪਰਾਂਠੇ, ਮੂਲੀਆਂ ਦੇ ਪੱਤੇ ਅੱਜ ਕੱਲ੍ਹ ਹੁੰਦੇ ਨੇ, ਮੂਲੀਆਂ ਨਹੀਂ ਹੁੰਦੀਆਂ, ਉਹ ਪੱਤੇ ਹੁੰਦੇ ਨੇ ਅੱਜ ਕੱਲ੍ਹ ਇਹਨਾਂ ਦਿਨਾਂ 'ਚ। ਠੀਕ ਹੈ ਨਾ, ਕੀ ਕਹਿੰਦੇ ਹੋ, ਅਸੁਕਤਾ, ਅਸੁਕਤੇ 'ਚ ਮੂਲੀਆਂ ਦੇ ਪੱਤੇ ਹੁੰਦੇ ਨੇ, ਯਾਨੀ ਕਿ ਦਸਵੇਂ ਗਿਆਰਵੇਂ ਮਹੀਨੇ ਤੱਕ ਮੂਲੀਆਂ ਦੇ ਪੱਤੇ ਹੁੰਦੇ ਨੇ। ਉਹ ਮੂਲੀਆਂ ਦੇ ਪੱਤੇ ਜਨਾਬ ਸਾਲਣ ਬਣਾਇਆ ਅੱਜ ਘਰ ਵਾਲੀ ਨੇ, ਤੇ ਉਹ ਅਸੀਂ ਖਾ ਰਹੇ ਹਾਂ ਨਾਲ ਪਰਾਂਠਾ ਤੇ ਨਾਲ ਲੱਸੀ, ਤੇ ਹੁਣ ਆਪੇ ਚਾਹ ਵੀ ਬਣੇਗੀ। ਹਲੇ ਮੈਂ ਖਾਣੇ ਦੀਆਂ 2 ਬੁਰਕੀਆਂ ਤੋੜੀਆਂ ਤੇ ਮੇਰੇ ਦਿਲ 'ਚ ਖਿਆਲ ਆਇਆ ਕਿ ਅੱਜ ਦਾ ਵਿਲਾਗ ਜਿਹੜਾ ਸੁਬਹਾ ਦੇ ਨਾਸ਼ਤੇ ਦੇਈਏ। ਜਿਸ ਤਰ੍ਹਾਂ ਕਿਹਾ ਵੇਖੋ ਨਾ ਤੁਸੀਂ, ਹਲੇ ਮੈਂ 2 ਹੀ ਬੁਰਕੀਆਂ ਤੋੜੀਆਂ ਨੇ, ਨਾਲ ਆ ਦਹੀਂ ਵੀ ਹੈ, ਤੇ ਦਹੀਂ ਸਾਡੀ ਆਪਣੀ ਮੱਝ ਦਾ ਨਹੀਂ, ਆਪਣੀ ਮੱਝ ਤੇ ਹਾਂ ਸੇਲ ਕਰ ਛੱਡੀ, ਹੁਣ ਜਿਹੜਾ ਮੁੱਲ ਦਾ ਦਹੀਂ ਹੈ ਨਾਲ ਥੋੜ੍ਹਾ ਜਿਹਾ, ਤੇ ਇਹ ਸਾਡਾ ਮੂਲੀ ਦਾ ਸਾਲਣ ਹੈ। ਠੀਕ ਹੈ ਜੀ, ਇਹ ਸਾਡਾ ਮੂਲੀ ਦਾ ਖੂਬਸੂਰਤ ਸੋਹਣਾ ਤੇ ਟੇਸਟੀ ਵਾਧੂ ਸੋਹਣਾ ਸੁਥਰਾ ਸਾਲਣ ਹੈ, ਤੇ ਘਿਓ ਸ਼ਿਓ ਪਾ ਕੇ ਘਰਦਿਆਂ ਨੇ ਬਣਾਇਆ, ਇਹ ਪੱਤਿਆਂ ਤੋਂ ਬਣਦਾ। ਠੀਕ ਹੈ ਜੀ, ਇਹ ਸਾਡੀ ਲੱਸੀ। ਠੀਕ ਹੈ ਜੀ, ਤੇ ਇਹ ਸਾਡੇ ਪਰਾਂਠੇ। ਇਹ ਮੈਂ 2-3 ਬੁਰਕੀਆਂ ਹਲੇ ਤੋੜੀਆਂ ਤੇ ਮੇਰੇ ਦਿਲ 'ਚ ਖਿਆਲ ਆਇਆ ਕਿ ਜਨਾਬ ਅੱਜ ਸ਼ੇਅਰ ਕਰੀਏ ਦੋਸਤਾਂ ਨਾਲ ਸਾਲਣ। ਚੁੱਲ੍ਹਾ ਵਿਖਾ ਦਿਓ, ਸਾਡਾ ਘਰ ਵਾਲੇ ਤੁਰ ਗਏ ਨੇ ਹੁਣ ਪਰਾਂ ਨੂੰ, ਇਹ ਚੁੱਲ੍ਹਾ ਤੇ ਇਹ ਸਾਡਾ ਨਿਜ਼ਾਮ ਸਾਰਾ ਖਿਲਰਿਆ ਫੁੱਲੜਿਆ ਪਿਆ। ਘਰ ਵਾਲੀ ਗਈ ਹੈ ਲੈਣ ਵਾਸਤੇ ਅੰਦਰੋਂ 32 ਮਸਾਲਾ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਮੈਂ ਵਾਲਾ ਤੁਹਾਡੇ ਨਾਲ ਕਿਉਂ ਰੂਟੀਨ ਸ਼ੇਅਰ ਕਰ ਰਿਹਾ ਇਹ ਵਾਲੀ ਇਹ ਨਾਸ਼ਤੇ ਦੀ। ਸਹੀ ਗੱਲ ਤਾਂ ਇਹ ਹੈ ਕਿ ਮੈਨੂੰ ਮੂਲੀਆਂ ਦਾ ਸਾਲਣ ਬੜਾ ਪਸੰਦ ਹੈ। ਕਿਉਂ ਵਾਲਾ, ਇਹ ਹਾਜ਼ਮਾਦਾਰ ਹੁੰਦਾ। ਠੀਕ ਹੈ ਜੀ, ਤੇ ਇਹ ਇਹਨਾਂ ਦਿਨ ਦੇ ਵਿੱਚ ਖੁਸ਼ਕ ਦਿਨਾਂ 'ਚ, ਗਰਮ ਦਿਨਾਂ ਦੇ ਵਿੱਚ ਨਾ ਬੜਾ ਹੀ ਚੰਗਾ ਅਤੇ ਬੜਾ ਹੀ ਵਾਧੂ ਅਤੇ ਬੜਾ ਹੀ ਸੋਹਣਾ ਸੁਥਰਾ ਮਾਮਲਾ ਹੁੰਦੇ ਨੇ ਇਹਦੇ। ਠੀਕ ਹੈ, ਆਹ ਦਹੀਂ ਦਾ ਤੇ ਘਬਾਨਾ ਹੀ, ਜੇ ਸਹੀ ਤੁਹਾਨੂੰ ਦੱਸਾਂ ਸਾਲਣ ਤੇ ਮੂਲੀ ਦਾ ਹੀ ਕਮਾਲ ਹੈ। ਇੱਕ ਤੁਹਾਨੂੰ ਬਿਹਤਰੀਨ ਆਈਡੀਆ ਦੇਣਾ, ਬਿਹਤਰੀਨ ਟਿਪਸ ਦੇਣਾ, ਤੁਹਾਡੇ ਨਾਲ ਗੱਲਬਾਤ ਕਰਦਿਆਂ ਰੋਟੀ ਖਾਣਾ, ਜਦੋਂ ਵੀ ਆਪਣਾ ਖਾਣਾ ਸ਼ੁਰੂ ਕਰਨਾ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਪੜ੍ਹ ਲੈਣੀ ਹੈ। ਮੈਂ ਪੜ੍ਹ ਲਈ ਹੈ, ਪਹਿਲਾਂ ਵੀ ਪੜ੍ਹੀ ਸੀ, 2 ਵਾਰੀ ਪੜ੍ਹੀ ਹੈ, ਪਹਿਲਾਂ ਜਿਹੜੇ 2 ਲੁਕਮੇ ਤੋੜੇ ਨੇ ਉਦੋਂ ਵੀ ਪੜ੍ਹੀ ਹੈ ਅਤੇ ਫਿਰ ਪੜ੍ਹੀ ਹੈ। ਦੂਸਰਾ ਕੰਮ ਕਿਹੜਾ ਕਰਨਾ,
ਹਦੀਸੇ ਨਬਵੀ ਹੈ ਤੇ ਸੁਨਤੇ ਨਬਵੀ ਹੈ। ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸਲਮ ਨੇ ਜਿਹੜਾ ਕੰਮ ਕੀਤਾ ਸਾਡੇ ਵਾਸਤੇ ਬੜਾ ਫਾਇਦੇਮੰਦ ਹੋਇਆ ਤੇ ਬੜਾ ਚੰਗਾ ਹੋਇਆ। ਜਦੋਂ ਵੀ ਰੋਟੀ ਖਾਣੀ ਆ, ਰੋਟੀ ਖਾਣ ਤੋਂ, ਨਾਸ਼ਤਾ ਕਰਨ ਤੋਂ, ਦੁਪਹਿਰ ਦਾ ਖਾਣਾ ਜਾਂ ਸ਼ਾਮ ਦਾ ਖਾਣਾ, ਜਦੋਂ ਵੀ ਖਾਣਾ ਖਾਣਾ, ਖਾਣਾ ਖਾਣ ਤੋਂ ਪਹਿਲਾਂ ਤੁਸੀਂ ਪਾਣੀ ਪਹਿਲਾਂ ਪੀ ਲੈਣਾ, ਨਹੀਂ ਵੀ ਤਲਬ ਤੇ ਦੋ ਤਿੰਨ ਘੁੱਟ ਪੀਣਾ। ਮੈਂ ਪੀਤਾ ਸੀ ਅਲਹਮਦੁਲਿਲਾ, ਤੇ ਫਿਰ ਘਰ ਵਾਲੀ ਨੇ ਜਿਹੜਾ ਥੋੜ੍ਹਾ ਜਿਹਾ ਨੀਵਾਂ ਹੋਇਆ ਨਾ ਲੱਸੀ ਵਾਲਾ, ਆ ਮੇਰਾ ਮੱਘਾ, ਇਹਦੇ ਵਿੱਚ ਫਿਰ ਘਰ ਵਾਲੀ ਨੇ ਲੱਸੀ ਪਾ ਦਿੱਤੀ ਹੈ। ਠੀਕ ਹੈ ਜੀ, ਹੁਣ ਸਾਡਾ ਉਹ ਵੇਖੋ ਨਾ ਸਾਹਮਣੇ, ਮੈਂ ਉਹਨੀ ਤੇ ਲੱਸੀ ਪੀ ਲਾ। ਇਹ ਜੀ ਸਾਡਾ ਦੁੱਧ ਮੈਂ ਪਿਆ ਹੋਇਆ ਦੁੱਧ ਹੀ, ਆਪੇ ਘਰ ਵਾਲੀ ਹੁਣ ਚਾਹ ਵੀ ਸਾਨੂੰ ਬਣਾ ਕੇ ਦਿੰਦੀ ਹੈ। ਇਹ ਕੋਲੇ 'ਚ ਉਹਨੇ ਚਾਹ ਬਣਾ ਦੇਣੀ ਹੈ ਸਾਨੂੰ। ਠੀਕ ਹੈ ਜੀ, ਜੇ ਤਾਂ ਖਾਣਾ ਖਾਣ ਤੋਂ ਪਹਿਲਾਂ ਅਸੀਂ ਪਾਣੀ ਪੀ ਲਈਏ, ਲੱਸੀ ਪੀ ਲਈਏ ਖਾਣਾ ਖਾਣ ਤੋਂ ਪਹਿਲਾਂ, ਅਤੇ ਉਹ ਹੁੰਦੀ ਆ ਬੰਦੇ ਦੀ ਸਿਹਤ ਤਬੀਅਤ ਵਾਸਤੇ ਸੋਨਾ। ਠੀਕ ਹੈ ਜੀ, ਅਤੇ ਜੇ ਅਸੀਂ ਖਾਣਾ ਖਾਣ ਦੇ ਵਿਚਕਾਰ ਲੱਸੀ ਪਾਣੀ ਪੀ ਲਈਏ ਤਾਂ ਫਿਰ ਬੰਦੇ ਦੀ ਤਬੀਅਤ ਸਿਹਤ ਵਾਸਤੇ ਹੁੰਦੀ ਆ ਉਹ ਚਾਂਦੀ। ਸਿਆਣੇ ਆਉਂਦੇ ਨੇ, ਸਿਆਣੇ ਮੈਂ ਨਹੀਂ ਕਹਿੰਦਾ, ਸਿਆਣੇ ਬਾਬੇ ਪੁਰਾਣੇ ਜਿਹੜੇ ਮਰ ਮੁੜ ਗਏ, ਫਿਰ ਉਹਨਾਂ ਤੋਂ ਬਾਅਦ ਸਾਨੂੰ ਜਿਹੜੇ ਬਾਬੇ ਮਿਲੇ ਉਹਨਾਂ ਦੱਸਿਆ। ਹੁਣ ਅਸੀਂ ਚਲੋ ਬਾਬੇ ਤਾਂ ਨਹੀਂ ਬਣੇ, ਪਰ ਚਲ ਤੁਹਾਨੂੰ ਦੱਸ ਜਾਂਦੇ ਹਾਂ, ਹੈਂਜੀ ਹੈ ਨਾ। ਅਤੇ ਜਦੋਂ ਖਾਣਾ ਸਾਰਾ ਹੀ ਖਤਮ ਕਰ ਲਓ ਤਾਂ ਫਿਰ ਬਾਅਦ 'ਚ ਪਾਣੀ ਪੀਓ, ਪਾਣੀ ਲੱਸੀ ਪੀਓ, ਅਤੇ ਉਹ ਹੁੰਦੀ ਹੈ ਲੋਹਾ, ਇੰਨੀ ਕੁ ਕਦਰ ਹੁੰਦੀ ਹੈ। ਠੀਕ ਹੈ, ਯਾਨੀ ਕਿ ਜੇ ਵੇਖੋ ਨਾ, ਡਾਕਟਰ ਵੀ ਕਹਿੰਦੇ ਨੇ ਕਿ ਖਾਣਾ ਖਾਣ ਤੋਂ ਪਹਿਲਾਂ ਪਾਣੀ ਪੀ ਲਾਂਗੇ ਨਾ ਅਸੀਂ, ਉਹਦਾ ਫਾਇਦਾ ਕੀ ਹੋਏਗਾ ਕਿ ਸਾਡੇ ਮੇਦੇ 'ਚ ਪਾਣੀ ਪਹਿਲਾਂ ਹੋਏਗਾ, ਅਤੇ ਰੋਟੀ ਦੇ ਲੁਕਮੇ ਜਿਹੜੇ ਨੇ ਜਦੋਂ ਜਾ ਕੇ ਫੁੱਲਣਗੇ, ਜੇ ਭਾਰੇ ਹੋਣਗੇ ਮੇਦੇ 'ਤੇ ਤਕਲੀਫ ਨਹੀਂ ਹੋਏਗੀ, ਅਤੇ ਮੇਦਾ ਸਾਡਾ ਖਰਾਬ ਨਹੀਂ ਹੋਏਗਾ, ਅਤੇ ਪਰੇਸ਼ਾਨੀ ਨਹੀਂ ਬਣੇਗੀ ਸਾਨੂੰ, ਇੰਝੀ ਹੈ ਨਾ। ਅਤੇ ਸਵਾਦ ਤਾਂ ਬੜਾ ਆਉਣ ਡਿਆ ਮੂਲੀਆਂ ਸਾਲਾਂ ਦਾ। ਰੋਟੀ ਦਾ ਇਖਤਤਾਮ ਹੋ ਗਿਆ, ਇਖਤਤਾਮ ਰੋਟੀ ਦਾ ਨਹੀਂ ਹੋਇਆ, ਰੋਟੀ ਦਾ ਨਹੀਂ ਹੋਇਆ, ਮੇਰਾ ਹੀ ਹੋਇਆ। ਭਲਾ ਕਿਉਂ ਕਿ ਢਿੱਡ ਗਿਆ ਭਾਰ। ਠੀਕ ਆ, ਅੱਧਾ ਮੱਘਾ ਲੱਸੀ ਦਾ ਮੈਂ ਪੀ ਹਲਿਆ, ਅਤੇ ਬਾਕੀ ਹਲਿਆ ਵੀ ਮੈਂ ਪੀਣੀ ਹੈ। ਆਹ ਦਹੀਂ ਮੈਂ ਰੱਖ ਛੱਡਿਆ, ਮੈਂ ਕਿਹਾ ਚੱਲ ਯਾਰ ਅੱਜ ਹਾਫਤ ਨੂੰ ਹੋ ਗਿਆ ਬੁਖਾਰ, ਚੱਲ ਇਹ ਪੀ ਇਹ ਖਾ ਲਏਗਾ। ਹੈਂ, ਮੈਂ ਇੱਕ ਚਮਚਾ ਹੀ ਲਾਇਆ ਬਸ। ਦੋ ਪਰੌਂਠੀਆਂ, ਇਹਨਾਂ ਨੂੰ ਪਰੌਂਠੀਆਂ ਕਹਿੰਦੇ ਨੇ, ਪਰੌਂਠੀਆਂ ਪਰੌਂਠੀਆਂ ਕਹਿੰਦੇ ਨੇ, ਸਹੀ ਆ। ਦੋ ਪਰੌਂਠੀਆਂ ਹਾਫਲ ਦੀਆਂ, ਅਤੇ ਨਾਲ ਭਾਵੇਂ ਭਾਈ ਮੂਲੀ ਦੇ ਸਾਲਣ ਖਾ ਲਏ, ਨਹੀਂ ਪਸੰਦ ਉਹਨੂੰ ਦਹੀਂ ਨਾਲ ਪਿਆ ਖਾ ਲਏ, ਥੋੜ੍ਹਾ ਥੋੜ੍ਹਾ ਲਾ ਕੇ। ਠੀਕ ਹੈ ਨਾ, ਅਤੇ ਜੇ ਵੀ ਨਾ ਪਸੰਦ ਹੋਏ ਤਾਂ ਚਾਹ ਬਣਨ ਡਈ ਆ, ਉਹਦੀ ਮਾਂ ਚਾਹੀਦੀ ਰਹੀ ਆ ਚਾਹ ਬਣਾਉਣ, ਵਾਲਦਾ ਉਹਦੀ ਛੂਛੂ ਦੀ ਆਵਾਜ਼ ਆਉਣ ਡਈ ਹੋਣੀ ਵਿੱਚ। ਵੇਖ ਲਓ ਚਾਹ ਬਣਾਉਣ ਦਾ ਤਰੀਕਾ, ਦੇ ਕੇ ਤੋਂ ਬਗੈਰ ਹੀ ਕਾਲਜ 'ਚ ਚਾਹ ਬਣ ਬਣਦੀ ਪਈ ਆ। ਹਾਂ, ਲਓ ਬਾਈ ਨਾਸ਼ਤਾ ਸ਼ਰੀਫ ਲਿਆ ਕਰ, ਅਤੇ ਮੇਰੀ ਘਰ ਵਾਲੀ ਆਉਂਦੀ ਆ ਉਹ ਗੱਲ ਨਾ ਕਿਆ ਕਰ, ਜਿਹੜੀ ਸਾਡੇ ਪੰਜਾਬੀਆਂ ਦਾ ਵਿਰਸਾ ਹੈ, ਅਤੇ ਸਾਡੇ ਦਾਦੇ ਪੜਦਾਦੇ ਅਤੇ ਪੁਰਾਣੇ ਬਾਬੇ ਕਹਿੰਦੇ ਰਹੇ ਸ਼ਾਹ ਵੇਲਾ ਵੀ ਕਰ ਲਿਆ। ਠੀਕ ਹੈ ਜੀ, ਅਤੇ ਨਾਸ਼ਤਾ ਵੀ ਕਰ ਲਿਆ, ਤਿੰਨ ਕੰਮ ਕੀਤੇ ਨੇ ਅੱਜ ਮੈਂ ਸਵੇਰੇ ਸਵੇਰੇ ਇੱਥੇ ਬੈਠਿਆ ਮੰਜੀ 'ਤੇ, ਨਾਸ਼ਤਾ ਵੀ ਕੀਤਾ, ਸ਼ਾਹ ਵੇਲਾ ਵੀ ਕੀਤਾ, ਅਤੇ ਜਨਾਬ ਫਿਰ ਹੋਰ ਮੈਂ ਕੀ ਕੀਤਾ, ਅਤੇ ਸੁਬਾਹ ਦੀ ਖਾਣਾ ਵੀ ਖਾ ਲਿਆ। ਠੀਕ ਹੈ, ਅਤੇ ਗੱਲ ਇੰਝ ਹੈ ਕਿ ਹੁਣ ਤੁਹਾਡੇ ਨਾਲ ਕੱਲ੍ਹ ਜਿਹੜੀ ਮੈਂ ਵੀਡੀਓ ਬਣਾਉਣੀ ਹੈ ਨਾ, ਉਹ ਮੈਂ ਤੁਹਾਨੂੰ ਭਲਾ ਕਿਹੜੀ ਵੀਡੀਓ ਦੇਣੀ ਹੈ,
ਕਿ ਅਸੀਂ ਪਿੰਡਾਂ ਥਾਵਾਂ ਦੇ ਲੋਕ ਜਿਹੜੇ ਆ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਕੇ ਅਤੇ ਕਿਸ ਤਰ੍ਹਾਂ ਸਾਡੀਆਂ ਬੱਚਤਾਂ ਹੁੰਦੀਆਂ ਨੇ ਪਿੰਡਾਂ 'ਚ ਰਹਿ ਕੇ। ਅਤੇ ਕੱਲ੍ਹ ਦੀ ਵੀਡੀਓ ਇਹ ਆ ਕਿ ਜਿਹੜੇ ਤੋਤੇ ਨਹੀਂ ਅਸਾਂ ਰੱਖੇ, ਅਸਾਂ ਕੱਲ੍ਹ ਵੀਡੀਓ ਪਾਉਣੀ ਆ ਤੋਤਿਆਂ ਦੇ, ਤੋਤੇ ਤੁਹਾਨੂੰ ਵਿਖਾਉਣੇ ਨੇ ਅਤੇ ਨਾਲ ਹੀ ਉਹਨਾਂ ਦਾ ਜਿਹੜਾ ਦਾਣਾ ਹੈ ਨਾ ਉਹ ਸਾਨੂੰ ਮੁਫਤੋਂ ਮੁਫਤ ਲੱਭ ਜਾਂਦਾ ਜੇ ਅਸੀਂ ਸਟੋਰ ਕਰੀਏ ਤਾਂ। ਚਲੋ ਜੀ, ਚਾਹ ਵੀ ਮੇਰੀ ਤਿਆਰ ਹੋ ਗਈ ਅਤੇ ਚਾਹ ਦਾ ਮੱਗਾ ਬੜਾ ਬੁਲਡੋਜ਼ਰ ਹੈ, ਬੁਲਡੋਜ਼ਰ ਮੱਗਾ ਇਹ ਚਾਹ ਜੇ ਲਈ ਹੈ ਨਾ ਬਾਹਰੋਂ ਅਤੇ ਇਹ ਮੈਨੂੰ ਲੱਗਦਾ 120 ਦੀ ਪਏ। ਕਿਉਂ ਜੀ ਇਹ ਚਾਹ 120 ਦੀ ਮਿਲਣੀ ਹੈ ਬਾਹਰੋਂ? ਭਲਾ ਕਿਉਂ? ਇਹ ਐਡਾ ਕੁ ਕੱਪ ਹੁੰਦਾ ਅਤੇ ਸਾਡੇ ਇੱਥੇ ਮੇਰੇ ਪਿੰਡ ਵਿੱਚ ਜਿਹੜੀ ਚਾਹ ਮਿਲਦੀ ਆ ਉਹ ਹਲੇ 50 ਦੀ ਹੈ। ਯਾਰ ਇੱਕ ਦਿਨ ਗੁਜਰਾਂ ਵਾਲੇ ਗਏ ਉੱਥੇ ਤਾਂ 60 ਦੀ ਇੱਕ ਦਿਨ ਠੋਕ ਦਿੱਤੀ, ਇੰਜੀ ਹੈ ਨਾ? ਅਤੇ ਜੇ ਇਹ ਡਬਲ ਚਾਹ ਵਾ ਯਾਨੀ ਕਿ ਵੱਡੀ 120 ਦੀ ਹੈ ਤਾਂ ਘਰ ਬੈਠਿਆ ਮਜ਼ੇ ਮਜ਼ੇ ਚਾਹ ਪੀਂਦੇ ਹਾਂ। ਅਤੇ ਕੱਲ੍ਹ ਫਿਰ ਜਿਹੜੀ ਗੱਲ ਕਰੀਏ ਨਾ, ਮੈਂ ਚੁਸਕੀ ਲਾ ਲਾਂ ਪਹਿਲਾਂ ਫਿਰ ਗੱਲ ਕਰਾਂਗਾ, ਹੱਥ 'ਚ ਫੜ ਕੇ ਨਹੀਂ ਗੱਲ ਚੰਗੀ ਹੁੰਦੀ। ਗਰਮ ਬੜੀ ਹਲੇ, ਠੀਕ ਹੈ। ਲਓ ਜੀ, ਕੱਲ੍ਹ ਫਿਰ ਜਿਹੜੀ ਗੱਲ ਹੋਣੀ ਹੈ ਨਾ ਉਹ ਇਹ ਹੋਣੀ ਹੈ ਕਿ ਅਸੀਂ ਤੋਤਿਆਂ ਦਾ, ਆਪਣੇ ਪਰਿੰਦਿਆਂ ਦਾ ਦਾਣਾ ਦੁਨਕਾ ਕਿਸ ਤਰ੍ਹਾਂ ਇਕੱਠਾ ਕਰਨਾ ਹੈ। ਅਤੇ ਜੇ ਬਈ ਨੋਟ ਵਵਾਉਣ ਤਾਂ ਬਾਜ਼ਾਰੋਂ ਲੈ ਆਓ, ਅਤੇ ਜੇ ਕਰਨੀ ਹੈ ਮਿਹਨਤ ਅਤੇ ਪਿੰਡ ਥਾਂ ਦਾ ਮਾਹੌਲ ਸ਼ੋਅ ਕਰਨਾ ਅਤੇ ਪਿੰਡ ਵਾਲੀ ਗੱਲ ਕਰਨੀ ਹੈ ਤਾਂ ਉਹ ਵੀ ਮੇਰੇ ਕੋਲ ਹੈ। ਉਹ ਜੇ ਸਾਹਮਣੇ ਨਹੀਂ ਹੈ ਪਿਆ ਚਾਦਰ ਦੇ ਥੱਲੇ ਮਾਲ, ਇਹ ਸਾਡਾ ਤੋਤਿਆਂ ਦਾ ਦਾਣਾ, ਕੱਲ੍ਹ ਹੀ ਤੁਹਾਡੇ ਨਾਲ ਮੈਨਸ਼ਨ ਕਰਾਂਗੇ, ਠੀਕ ਹੈ ਜੀ। ਅੱਜ ਤਾਂ ਸਾਡੀ ਟੀਮ ਇਹੀ ਸ਼ੋਅ ਕੀਤੀ ਹੈ ਤੁਹਾਡੇ ਨਾਲ ਸ਼ੇਅਰ ਕਿ ਜਨਾਬ ਅੱਜ ਆਹਾਂ ਕੀ ਖਾਧਾ, ਪਤਾ ਲੱਗ ਗਿਆ ਕੀ ਖਾਧਾ? ਮੂਲੀ ਦਾ ਸਾਲਣ, ਮੂਲੀ ਦੇ ਪੱਤਿਆਂ ਦਾ ਸਾਲਣ, ਅਤੇ ਜਨਾਬ ਇੱਕ ਬੁਰਕੀ ਲਾਈ ਹੈ ਮੈਂ ਦਹੀਂ ਦੀ ਅਤੇ ਬਾਕੀ ਦੋ ਖਾਧੇ ਪਰਾਂਠੇ ਅਤੇ ਖੂਨ ਪੀ ਲਈ ਚਾਹ। ਚਾਹ ਪੀ ਲਈ ਨਹੀਂ ਹਲੇ, ਇੱਕ ਚੁਸਕੀ ਲਾਈ ਹੈ। ਹੁਣ ਚਾਹ ਮੈਨੂੰ ਪੀਣ ਦਿਓ ਅਤੇ ਤੁਸੀਂ ਵੀ ਨਾਸ਼ਤਾ ਕਰੋ, ਜਿਹੜਾ ਟਾਈਮ ਹੈ ਉਸ ਟਾਈਮ ਦੀ ਰੋਟੀ ਖਾਓ, ਆਪਣੇ ਰੱਬ ਨੂੰ ਯਾਦ ਕਰੋ। ਅਤੇ ਜਿਹੜੀ ਮੈਂ ਥੋੜ੍ਹੀ ਜਿਹੀ ਨਸੀਹਤ ਕੀਤੀ ਹੈ ਤੁਹਾਡੇ ਅੱਗੇ ਤਰਲਾ ਲਿਆ ਕਿ ਰੋਟੀ ਖਾਣ ਤੋਂ ਪਹਿਲਾਂ ਪਾਣੀ ਪੀ ਲਓਗੇ ਨਾ ਅਤੇ ਸੁਨਤ ਰਸੂਲੁੱਲਾਹ ਅਦਾ ਹੋ ਜਾਏਗੀ, ਮੇਰੇ ਨਬੀ ਦੀ ਸੁਨਤ ਅਦਾ ਹੋ ਜਾਏਗੀ ਅਤੇ ਮੇਰਾ ਨਬੀ ਰਾਜ਼ੀ ਹੋ ਜਾਏਗਾ ਅਤੇ ਕਿਤੇ ਤੁਹਾਨੂੰ ਦੁਆ ਦੇਵੇਗਾ ਅਤੇ ਤੁਸੀਂ ਤੁਹਾਡਾ ਬੇੜਾ ਹੋ ਜਾਏਗਾ ਪਾਰ, ਠੀਕ ਹੈ ਜੀ। ਅਤੇ ਗੱਲ ਇਹ ਹੀ ਹੈ ਤਾਂ ਹੁਣ ਦਿਓ ਮੈਨੂੰ ਛੁੱਟੀ, ਮੈਂ ਹੁਣ ਨਰਸਰੀ 'ਚ ਵੀ ਜਾਣਾ, ਉੱਥੇ ਨਾ ਗਰਮੀ ਬੜੀ ਪੈਣ ਡੀ, ਬਾਰਿਸ਼ ਬੜੇ ਦਿਨ ਹੋ ਗਏ ਨੇ ਨਹੀਂ ਪਈ, ਅਤੇ ਐਦਾਂ ਨਾ ਗਰਮੀ ਆਹ ਜਿਹੜੀ ਕੱਤੇ ਦੀ ਗਰਮੀ, ਅੱਸੂ ਦੀ ਗਰਮੀ ਹੈ, ਇਹ ਬਹੁਤ ਹੀ ਜ਼ਾਲਮ ਪੈਣ ਡੀ ਐਤਕਾਂ, ਠੀਕ ਹੈ ਜੀ। ਅਤੇ ਉਹਨੂੰ ਜਾ ਕੇ ਹੁਣ ਨਰਸਰੀ ਨੂੰ ਦਈਏ ਪਾਣੀ, ਅੱਜ ਦੀ ਰੂਟੀਨ ਇੱਥੇ ਹੀ ਖਤਮ ਕਰਨੇ ਆ ਨਾਸ਼ਤੇ 'ਤੇ ਹੀ, ਅਤੇ ਕੱਲ੍ਹ ਤੁਹਾਨੂੰ ਮੈਨਸ਼ਨ ਕਰਾਂਗੇ ਕਿ ਤੋਤਿਆਂ ਦਾ ਦਾਣਾ ਅਸੀਂ ਕਿਸ ਤਰ੍ਹਾਂ ਲਿਆਂਦਾ ਅਤੇ ਕੀ ਕੀਤਾ ਅਤੇ ਉਹ ਥੱਲੇ ਆ ਅਤੇ ਉਹ ਕਿਹੜਾ ਦਾਣਾ, ਠੀਕ ਹੈ ਜੀ। ਕੱਲ੍ਹ ਇਨਸ਼ਾਲਾ ਇਨਸ਼ਾਲਾ, ਦੁਆਵਾਂ 'ਚ ਯਾਦ ਰੱਖਣਾ ਆਪਣਾ ਅਤੇ ਆਪਣੇ ਪਿਆਰਾਂ ਦਾ ਖਿਆਲ ਰੱਖਣਾ, ਸਾਡੇ ਹੱਕਾਂ ਦੁਆ ਕਰਨੀ ਹੈ ਇਨਸ਼ਾਲਾ ਇਨਸ਼ਾਲਾ। ਬਫਜ਼ਲ ਜ਼ਿੰਦਗੀ, ਕੱਲ੍ਹ ਫਿਰ ਮੁਲਾਕਾਤ ਹੋਏਗੀ, ਉਨੀ ਦੇਰ ਤੱਕ ਦਿਓ ਆਪਣੇ ਮੇਜ਼ਬਾਨ ਇਮਤਿਆਜ਼ ਅਲੀ ਸੰਗੀ ਨੂੰ ਇਜਾਜ਼ਤ, ਅੱਲਾ ਨਿਗਹਿਬਾਨ।